ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਜਿਵੇਂ ਕਿ ਵੀਰਾਂ ਨੂੰ ਪਤਾ ਹੈ, ਵੀਰਾਂ ਵਾਸਤੇ ਸਸਤੇ ਔਰ ਬਿਹਤਰੀਨ ਪਿਓਰ ਨੀਲ ਦੇ ਜਾਨਵਰ ਵੀਰਾਂ ਦੀ ਖਿਦਮਤ 'ਚ ਅਸੀਂ ਪੇਸ਼ ਕਰਨੇ ਹੈ। ਅੱਜ ਵੀ ਇਨਸ਼ਾਅੱਲਾ ਵੀਰਾਂ ਵਾਸਤੇ ਇੱਕ ਦੂਜਣ ਮੈਨ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਕੈਮਰੇ ਦੀ ਨਿਗਾਹ ਦੇ ਵਿੱਚ ਕੈਮਰਾਮੈਨ ਸਾਹਿਬ ਕਲੋਜ਼ ਕਰਕੇ ਮੱਝ ਨੂੰ ਵਿਖਾਉਣਾ ਹੈ। ਮੱਝ ਨੂੰ ਬਰੀਕੀਆਂ, ਮੱਝ ਨੂੰ ਨਸਲ, ਮੱਝ ਨੂੰ ਜ਼ਾਤ, ਮੱਝ ਨੂੰ ਖਾਨਦਾਨ, ਅੱਲਾਹ ਦੇ ਖਾਸ ਫਜ਼ਲੋ ਕਰਮ ਨਾਲ ਹਜ਼ਾਰਾਂ ਮਹੀਂ ਦੇ ਵਿੱਚੋਂ ਕਦੇ ਜੇ ਮਹੀਂ ਨੀਲੀ ਤੇ ਪੈਦਾ ਹੁੰਦੀਆਂ ਨੇ। ਲੈਣੇ ਦੇਣੇ ਮੁਕੱਦਰ ਨੇ। ਮੈਂ ਇਹਨੂੰ ਮਰਲੇ ਮਰਲੇ ਦੀ ਖੂਬਸੂਰਤ ਵੰਡ ਉੱਤੇ ਜਨਾਬ ਥਣ ਲੱਗਿਆ ਹੋਇਆ। ਕਮਾਲ ਦਾ ਇਹ ਜਾਨਵਰ ਹੈ ਵੀਰਾਂ ਦੇ ਸਾਹਮਣੇ ਅੱਲਾਹ ਦੇ ਫਜ਼ਲੋ ਕਰਮ ਨਾਲ। ਔਰ ਜਨਾਬ ਕੋਈ ਵਾਧਾ ਘਾਟਾ ਨਹੀਂ ਕਿਸੇ ਕਿਸਮ ਦਾ। ਮੱਝ ਦੇ ਵਿੱਚ ਮੱਝ ਪੂਰੀ ਬਲੈਤੀ ਹੈ, ਪੂਰੀ ਨੀਲੀ ਦੀ ਹੈ, ਔਰ ਖਾਸ ਉਲ ਖਾਸ ਨੀਲੀ ਦਾ ਬਲੱਡ ਲਾਈਨ ਹੈ। ਅੱਲਾਹ ਦੇ ਫਜ਼ਲੋ ਕਰਮ ਨਾਲ ਮੈਂ ਦੀ ਨਸਲ ਜ਼ਾਤ ਜਿਹੜੀ ਹੈ ਵੀਰਾਂ ਦੇ ਸਾਹਮਣੇ ਇੱਕ ਇੱਕ ਅੰਗ ਮੱਝ ਦਾ, ਇੱਕ ਇੱਕ ਚੀਜ਼ ਮੱਝ ਦੀ ਪੂਰੀ ਤਸੱਲੀ ਦੇ ਨਾਲ ਵੀਰਾਂ ਨੂੰ ਵਿਖਾ ਰਹੇ ਹਾਂ। ਪਿਛਲਾ ਖੰਡ ਥੋੜ੍ਹਾ ਜਿਹਾ ਵੀਰਾਂ ਦੇ ਸਾਹਮਣੇ ਹੈ। ਇੱਕ ਹੱਡੀ ਬਰੀਕ ਟਿਸ਼ੂ ਪੇਪਰ ਵਰਗਾ ਜਨਾਬ ਇਹ ਜਾਨਵਰ ਹੈ। ਔਰ ਬਰੀਕੀਆਂ ਤੇ ਸੁਣੱਪ ਹਜ਼ਾਰਾਂ ਮਹੀਂ ਵਿੱਚੋਂ ਚੁੜੀ ਹੈ, ਇੱਕੋ ਰੰਗ ਦੀ ਪਿੱਛੇ ਕੱਟਿਆ ਹੈ, 4 ਤੋਂ 5 ਦਿਨ ਦੀ ਮਾਈ ਸੂਈ ਹੋਈ ਹੈ। ਮਾਲਕਾਂ ਦੀ ਗੱਲਬਾਤ ਆਪਾਂ ਵੀਰਾਂ ਦੇ ਸਾਹਮਣੇ ਕਰ ਦੇਣੀ ਹੈ ਜਿਹੜੀ ਹੈ। ਆ ਨਾ ਕਿਤੇ 2 ਨੰਬਰੀ ਕੀਤੀ, ਨਾ ਕਿਤੇ 2 ਨੰਬਰ ਬੰਦੇ ਦੇ ਬੇਲੀ, ਔਰ ਨਾ ਕਿਤੇ 2 ਨੰਬਰ ਮਾਲ ਦਿੱਤਾ। ਮੈਂ ਖੂਬਸੂਰਤ ਦਰਮਿਆਨੇ ਕੱਦ ਦੀ ਪਿਓਰ ਨੀਲੀ ਦੀ ਅੱਲਾਹ ਦੇ ਫਜ਼ਲੋ ਕਰਮ ਨਾਲ, ਔਰ ਐਡੀ ਬਰੀਕ ਤੇ ਇੰਤਹਾਈ ਨਫੀਸ ਕਿ ਕਿਆ ਬਾਤ ਹੈ ਮੱਝ ਦੀ। ਨਸਲ ਜ਼ਾਤ ਜਿਹੜੀ ਮੱਝ ਦੀ ਹੈ, ਇਨਸ਼ਾਅੱਲਾ ਹਜ਼ਾਰਾਂ ਮਹੀਂ ਵਿੱਚੋਂ ਕਦੇ ਜੇ ਨੀਲੀ ਦੀਆਂ ਮਹੀਂ ਪੈਦਾ ਹੁੰਦੀਆਂ ਨੇ। ਬਾਕੀ ਬਰੀਕੀਆਂ ਮੈਂ ਇਹਨੂੰ, ਆਰਡਰ ਕੁਆਲਿਟੀ ਮੈਂ ਇਹਨੂੰ, ਖੂਬਸੂਰਤ ਮੈਂ ਇਹਨੂੰ ਥਣ, ਔਰ ਓਡਾ ਹੀ ਖੂਬਸੂਰਤ ਚੱਡਾ। ਹਜ਼ਾਰਾਂ ਮਹੀਂ ਵਿੱਚੋਂ ਕਦੇ ਇਸ ਤਰ੍ਹਾਂ ਦੀ ਮਹੀਂ ਨੀਲੀ ਤੇ ਆਉਂਦੇ ਨੇ। ਅੰਟੀਕ ਹੈ ਇਨਸ਼ਾਅੱਲਾ ਪਿਓਰ ਨੀਲੀ ਦੇ ਵਿੱਚ, ਖਾਸ ਉਲ ਖਾਸ ਜਾਨਵਰ ਨੇ। ਮੱਥੇ ਸਿਰਫ ਔਰ ਸਿਰਫ ਅਲਫ ਬਣੀ ਹੈ, ਕੁੱਡੀ ਹੈ, ਔਰ ਜਨਾਬ ਚੂੜੀ ਹੈ। ਅੱਲਾਹ ਦੇ ਫਜ਼ਲੋ ਕਰਮ ਨਾਲ ਇੱਕੋ ਰੰਗ ਦੀ ਕਾਠੀ, ਸਿਰਫ ਔਰ ਸਿਰਫ ਪੁੱਛ ਅੱਲਾਹ ਸਿੱਟਾ ਸਿੱਟਾ। ਰਿਕੁਐਸਟ ਕਰਾਂਗੇ ਜੀ ਮੱਝ ਨੂੰ ਜ਼ਰਾ ਟੋਰ ਫੇਰ ਕੇ ਵਿਖਾਓ ਜੀ। ਬੱਚਾ ਜਨਾਬ ਨਾੜਵਾ ਨਾਲ ਹੈ, 3 ਤੋਂ 4 ਦਿਨ ਦੀ ਮਾਈ ਸੂਈ ਹੈ, ਕੱਟਾ ਮਗਰ ਹੈ, ਔਰ ਮਾਸ਼ਾਅੱਲਾ ਬੜਾ ਖੂਬਸੂਰਤ ਦਾਣਾ ਵੀਰਾਂ ਵਾਸਤੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਨੀਲੀ ਦੀਆਂ ਮਹੀਂ ਦੇ ਵਿੱਚੋਂ ਮਹੀਂ ਦਿੰਦੇ ਹਾਂ। ਇਹ ਨਹੀਂ ਗੱਲ ਕਿ ਮੱਝਾਂ ਹੋਰ ਹੋਣ ਦੇ ਹੋਰ, ਮੱਝ ਸਾਡੀ ਨੀਲੀ ਦੀ ਨਾ ਹੋਏ, ਰੂਪ ਮੱਝ ਨੂੰ ਨੀਲੀ ਵਾਲਾ ਨਾ ਹੋਏ, ਰੰਗ ਮੈਂ ਨੂੰ ਨੀਲੀ ਵਾਲਾ ਨਾ ਹੋਏ, ਖਾਨਦਾਨ ਮੈਂ ਤਾਂ ਨੀਲੀ ਦਾ ਨਾ ਹੋਏ, ਅਸੀਂ ਹਰ ਚੀਜ਼ ਦੇ ਜਵਾਬ ਦੇ ਹਾਂ। ਮੈਂ ਸਾਡੀ ਬਰੀਕ ਨਾ ਹੋਵੇ, ਮੈਂ ਨਸਲੀ ਨਾ ਹੋਵੇ, ਮੈਂ ਜਿੰਨੀ ਕੁ ਹੈ ਓਨੀ ਜਨਾਬ ਸ਼ੌਕੀ ਨਾ ਹੋਵੇ, ਔਰ ਲਾਡੀ ਮੱਝ ਨਾ ਹੋਵੇ, ਇਹ ਜਨਾਬ ਅਸੀਂ ਸਾਰੀ ਗੱਲਾਂ ਤਾਬੇਦਾਰ ਬੈਠੇ ਹਾਂ। ਮੈਂ ਜੇ ਟੋਰਾਂ ਵੇਖਣੀਆਂ ਨੇ ਹਰਨੀ ਵਰਗੀ, ਮੈਂ ਇਹਨੂੰ ਟੋਰ ਜੱਡੀ ਹੈਗੀ ਮਾਸ਼ਾਅੱਲਾ, ਮੈਂ ਇਹਨੂੰ ਉਡਿਆ ਵਾਨੇ। ਪਿਛਲਾ ਥਣ ਥੋੜ੍ਹਾ ਜਿਹਾ ਮੈਂ ਲੰਬੇਰਾ ਕਰਦੀ ਹੈ, ਪਰ ਇਹ ਗੱਲ ਮੈਂ ਤੁਹਾਨੂੰ ਦੱਸ ਦੇਵਾਂ, ਜਿੱਥੇ ਜਿੱਡਾ ਹੈ ਐਡਾ ਹੀ ਕੁੰਨੀ ਵੀ ਸਵਾ ਉੱਨੀ ਫਰਕ ਪੈਂਦਾ ਹੈ। ਬਾਕੀ ਜਿੱਥੇ ਹੈ ਮਾਸ਼ਾਅੱਲਾ ਰੁਕ ਰੁਕਦਾ ਹੀ ਕਰਦੀ ਹੈ, ਕੋਈ ਐਡਾ ਰੌਲਾ ਨਹੀਂ। ਬਾਕੀ ਜਿਹੜੀ ਚੀਜ਼ ਦੱਸਾਂਗੇ ਇਨਸ਼ਾਅੱਲਾ ਜੋ ਫਰਕ ਨਹੀਂ ਆਏਗਾ। 2 ਨੰਬਰ ਨਾ ਕਦੇ ਕੰਮ ਕਰਨੇ, ਨਾ 2 ਨੰਬਰ ਬੰਦਿਆਂ ਦੇ ਬੇਲੀ। ਕੱਟੀ ਦੀਆਂ ਟੋਰਾਂ ਚੈੱਕ ਕਰਨੀਆਂ ਨੇ, ਕੱਟੀ ਦੀਆਂ ਡਾਕਾਂ ਖੁੱਡਾ ਦੇ ਪੁੱਠਾ ਵੇਖਣਾ। ਮੈਂ ਸਾਡੀ ਨੀਲੀ ਤੱਕ ਬੰਦਾ ਬਾਹਰ ਕੱਢ ਦੇਵੇ, ਟੋਟਲ ਕੱਚ ਦਾ ਖਿਡਾਉਣਾ, ਟੋਟਲ ਕੱਚ ਬਣਿਆ, ਕੱਚ ਦੀ ਟੋਟਲ, ਮੈਂ ਕੱਚ ਦੀ। ਔਰ ਮੈਂ ਨਸਲ ਐਸੀ, ਖਾਨਦਾਨ ਐਸਾ ਕਿ ਜਨਾਬ ਅੱਜ ਆਸ਼ਕ ਜਿਹੜੇ ਨੇ ਚੌਂਕ ਪੈਣਗੇ ਯਾਰ ਕਿ ਨੀਲੀ ਦੇ ਮਹੀਂ ਅੱਜ ਆਉਂਦੀਆਂ। ਬਾਕੀ ਤਾਂ ਲੈਣੇ ਦੇਣੇ ਮੁਕੱਦਰ ਨੇ, ਔਰ ਇਨਸ਼ਾਅੱਲਾ
ਸਾਡੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਨੀਲੀ ਦੇ ਮੱਝਾਂ ਵੀਰਾਂ ਨੂੰ ਸ਼ੌਕ ਕਰਾਈਏ। ਖੂਬਸੂਰਤ ਜਰਮੈਨੇ ਕਰਦੀ ਨੀਲੀ ਦੀ ਜਨਾਬ ਚੋਟੀ ਔਰ ਵੀਰਾਂ ਵਾਸਤੇ ਮਾਸ਼ਾਅੱਲਾ ਤੋਹਫੇ ਸਾਰੀਆਂ ਮੈਂ ਨੀਲੀ ਦੀਆਂ ਵੱਧ ਇੱਥੇ 17-18 ਸੂਬੇ ਵਾਲੀ ਮੱਝ ਵੀ ਖੜੀ ਹੈ ਮੌਕੇ 'ਤੇ, ਠੀਕ ਹੈ। ਇੱਕ ਤੋਂ ਇੱਕ ਵੱਧ ਮੱਝ ਦੇਣੀ ਔਰ ਇਨਸ਼ਾਅੱਲਾ ਕਿਉਂਕਿ ਰੇਟ ਵੀ ਐਡਾ ਮੁਨਾਸਬ ਦੇਣਾ ਕਿ ਜਿਹੜਾ ਵੀਰ ਮੱਝ ਨੂੰ ਵੇਖੇ ਪਰਖੇ ਸਮਝੇ ਉਹਦੀ ਗੱਲਬਾਤ ਹੈ, ਹਰ ਬੰਦੇ ਦੇ ਵੱਸ ਦਾ ਰੋਗ ਨਹੀਂ। ਮੱਝ ਦਾ ਰੇਟ ਅਸੀਂ ਐਸਾ ਕਰਨਾ ਕਿ ਇਨਸ਼ਾਅੱਲਾ ਅੱਲਾਹ ਦੇ ਫਜ਼ਲ ਉਹ ਕਰਨ ਨਾਲ ਸਾਰੇ ਵੀਰ ਆਖਣਗੇ ਕਿ ਯਾਰ ਅੱਜ ਦਾ ਮੱਝ ਦਾ ਰੇਟ ਇੰਤਹਾਈ ਮੁਨਾਸਬ ਸੀ ਔਰ ਕਮਾਲ ਦਾ ਸੀ। ਬਾਈ ਫਿਆਜ਼ ਮੱਝ ਦਾ ਮੁੱਲ ਦੱਸੋ ਜੀ, ਆਓ ਜੀ ਬਾਈ ਮੈਂ ਬੰਦ ਕੋਈ ਗੱਲ ਛੱਡੋ। ਅਸਲਾਮ ਵਾਲੇਕਮ ਜੀ। ਜੀ ਵਾਲੇਕਮ ਅਸਲਾਮ ਭਾਈ ਸਾਹਿਬ, ਕੀ ਹਾਲ ਨੇ ਜੀ? ਅਲਹਮਦੁਲਿਲਾ। ਹਾਂਜੀ ਫਿਆਜ਼ ਜੀ, ਇਵੇਂ ਜੀ ਜੀ ਭਾਈ ਸਾਹਿਬ ਮੈਂ ਕਿੰਨਾ ਸੁਆ? ਦੂਸਰਾ ਜੀ। ਦੂਜਾ ਸੁਆ ਕਿੰਨੇ ਦਿਨ ਦੀ ਸੋਈ ਹੋਈ? ਇਹਨੂੰ ਤੀਸਰਾ ਦਿਨ ਹੈ, ਬੱਚਾ ਦਿਖਾਓ ਜਰਾ। ਬੱਚਾ ਦਿਖਾਓ ਜੀ, ਨਾੜੋ ਨਾ ਤੀਸਰਾ ਦਿਨ ਸੋਈ। ਤੀਸਰਾ ਦਿਨ ਨਾੜਵਾ ਨਾਲ ਹੈ, 3-4 ਦਿਨ ਦੀ ਮਾਈ ਸੋਈ ਮਗਰ ਕੱਟਾ ਜੀ? ਕੱਟਾ ਜੀ, ਕੱਟਾ। ਛੱਟਾ ਫੁਆਰਾ ਗੰਢ ਮਰੋੜੀ ਕੋਈ ਨਹੀਂ ਜੀ, ਸਾਫ਼ ਸੁਥਰੀ ਪੱਕਾ ਦੁੱਧ? ਪੱਕਾ ਦੁੱਧ ਦੋ ਟਾਈਮਾਂ ਦਾ ਆਪਾਂ ਜੀ, ਪੱਕਾ ਦੁੱਧ 14 ਕੁ ਚੁਆ ਦਿਆਂ ਦੋ ਟਾਈਮਾਂ ਦਾ। ਤੁਹਾਨੂੰ ਕੋਲੇ ਚਨਾ ਲੈ ਜੀ, 1.5 ਕਿਲੋ ਦੀ ਛੂਟ ਅਸੀਂ 12:30 ਚੁਆ ਇਨਸ਼ਾਅੱਲਾ ਖੁੱਲ੍ਹਾ ਹੋਏਗਾ। 6 ਕਿਲੋ ਉਸ ਵੇਲੇ 6 ਕਿਲੋ 12 ਕਿਲੋ ਦੀ ਗਰੰਟੀ ਪੱਕਾ ਸਾਰੇ ਦੁੱਧ ਦੀ। ਮੈਂ ਦੁੱਧ ਕਰ ਦਿਆ ਕਿ ਇਨਸ਼ਾਅੱਲਾ 16-17 15-16-17 ਆਰਾਮ ਨਾਲ ਦੁੱਧ ਕਰੇ ਜੀ। ਅਲਾ ਆ ਜਾਣ ਮੈਂ 14 ਦਿਨ ਸੂਈ ਨੂੰ ਤੇ ਮੌਲਾ ਜੋ ਮੈਂ ਮੇਰਾ ਸਿੱਟੇ ਗਿਆ ਨਾ, ਅਲਾ 14-15-16 ਤੀਕਰ 17 ਦੀ ਗੰਡੀ ਮਾਰੇਗੀ ਮੈਂ, ਗਰੰਟੀ ਮਾਰੇਗੀ। ਅਲਹਮਦੁਲਿਲਾ, ਪੱਕੀਆਂ ਗੱਲਾਂ ਨੇ। ਮੈਂ ਦੇਖਣਾ ਚੱਡਾ ਦੇ ਨਾਲ ਸੂਦ ਨਾਲ ਲੱਗਾ ਹੁੰਦਾ, ਸੂਦ ਨਾਲ ਲੱਗਿਆ ਐਡਾ ਚੌੜਾ ਚੱਡਾ ਮੈਂ ਨੂੰ ਮਾਸ਼ਾਅੱਲਾ ਖੂਬਸੂਰਤ ਮੁਹੱਬਤ ਪਿਆਰ ਵਾਲਾ ਮੁੱਲ ਭਾਈ ਸਾਹਿਬ ਪੱਕਾ ਜੇ ਕਰਨਾ ਲੋਕੀਆਂ ਦੇ ਸਾਹਮਣ ਆ ਗਿਆ, ਅਸੀਂ ਕਹਿੰਦੇ ਹਾਜੀ ਆ ਗਏ ਪਿਆਰ ਵਾਲੀ ਗੱਲ ਸਾਹਮਣੇ ਦੀ ਗੱਲ ਝੂਠੀ ਹੈ, ਕੰਮ ਉੱਥੇ ਹੀ ਹੈ, ਕੱਚ ਜਿਹੜਾ ਕੱਚ ਹੀ ਹੁੰਦਾ ਗੱਲਾਂ ਗਰੋ ਕਰਦੇ ਨੇ ਨਾ, ਲੇਕਿਨ ਉਹਨਾਂ ਨੂੰ ਸੁਣਨੀਆਂ ਪੈਂਦੀਆਂ। ਹਾਂਜੀ ਪਤਾ ਗੱਲ ਹੈ, ਫੈਨਾ ਜੇ ਮੁੱਲ ਆਪਾਂ ਕਰਾਂਗੇ 4,70,000 ਰੁਪਇਆ, 4,70,000 ਬਿਲਕੁਲ ਫੁੱਲ ਡਿਸਕਾਊਂਟ ਕਰ, ਫੁੱਲ ਡਿਸਕਾਊਂਟ ਕੋਈ ਬਰਾਬੂ ਹੋਏ ਤਾਂ ਕਰਾਸ਼ ਰਹਿ ਕਰ ਲਾਂਗੇ, 19 ਵੀ ਕਰ ਲਾਂਗੇ ਹੋ ਜਾਏਗੀ। 4,70,000 ਰੁਪਇਆ ਜੀ ਇਸ ਐਂਟੀਕ ਪੀਸ ਦਾ ਔਰ ਖੂਬਸੂਰਤ ਤਰੀਨ ਜਾਨਵਰ ਨੀਲੀ ਦਾ। ਜਿਹੜੇ ਵੀਰ ਨੂੰ ਸਮਝ ਆਵੇ ਨੰਬਰ ਸਕਰੀਨ 'ਤੇ ਚੱਲ ਰਿਹਾ ਜਨਾਬ 0300-97-5851 24 ਘੰਟੇ ਕਾਲ ਤੇ ਵਟਸਐਪ ਤੇ ਜਨਾਬ ਅਵੇਲੇਬਲ ਹੈ, ਕੋਈ ਮਸਲਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅਸੀਂ ਦਾਅਵੇਦਾਰ ਬੈਠੇ ਹਾਂ, ਵੀਡੀਓ ਅੱਛੀ ਲੱਗੇ ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਆਪਣੀ ਰਾਏ ਨਾਲ ਸਾਨੂੰ ਜ਼ਰੂਰ ਆਗਾਹ ਕਰਨਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।